ਸਾਹਿਬ ਸੱਚੇ ਪਾਤਸ਼ਾਹ ਦੀ ਉਸ ਮੁਕੱਦਸ ਧਰਤੀ ਤੇ ਸਾਰੇ ਇਕੱਠੇ ਹੋਏ ਆ। ਸਭ ਤੋਂ ਪਹਿਲਾਂ ਤਾਂ ਜੈਕਾਰੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਫਤਿਹ ਉਸ ਸਤਿਗੁਰੂ ਨੇ ਸਾਨੂੰ ਬਖਸ਼ੀ ਹੈ। ਇਹ ਉਹ ਧਰਤੀ ਹੈ ਇਸ ਧਰਤੀ ਪੂਰੇ ਖਿੱਤੇ ਨੂੰ ਮੈਂ ਇੱਕੋ ਖਿੱਤੇ ਦਾ ਨਾਮ ਦੇਵਾਂਗਾ। ਜਿੱਥੇ ਫਤਿਹਗੜ੍ਹ ਸਾਹਿਬ ਸਾਡੀ ਅਜ਼ਮਤ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਸਾਡੇ ਸਹਬਾਂ ਦੇ ਮਾਸੂਮ ਬੱਚਿਆਂ ਨੂੰ ਉਹਨਾਂ ਦੇ ਮਾਤਾ ਜੀ ਨੂੰ ਆਪਣੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ ਸੀ ਸੱਜੇ ਹੱਥ ਤੋਂ ਇੰਨੀ ਕਿ ਦੂਰ ਖੱਬੇ ਹੱਥ ਚਲੇ ਜਾਓ ਆਪਣੀ ਕੌਮ ਦੀ ਪੱਗ ਦਾ ਸ਼ਮਲਾ ਫੇਰ ਉੱਚਾ ਇਸੇ ਧਰਤੀ ਤੇ ਕੀਤਾ ਸੀ ਬੰਦਾ ਸਿੰਘ ਬਹਾਦਰ ਤੇ ਉਹਦੀ ਫੌਜ ਨੇ ਸੋ ਇਸ ਧਰਤੀ ਦਾ ਪੰਜਾਬ ਤੇ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਬੜਾ ਵੱਡਾ ਪ੍ਰਭਾਵ ਹੈ ਬੜੀ ਇੰਪੋਰਟੈਂਟ ਧਰਤੀ ਹੈ ਸਾਡੀ ਬਹੁਤ ਮਾਣਮਤੀ ਧਰਤੀ ਹੈ ਔਰ ਜਦੋਂ ਵੀ ਪੰਜਾਬ ਨੂੰ ਕਿਸੇ ਮੁਹਿਮ ਤੇ ਕਿਸੇ ਮਰਹਲੇ ਤੇ ਲੋੜ ਪਈ ਹੈ ਇਸ ਧਰਤੀ ਨੇ ਇਹੋ ਜਿਹੇ ਪੁੱਤ ਦਿੱਤੇ ਨੇ ਇਹੋ ਜਿਹੇ ਲੋਕ ਦਿੱਤੇ ਨੇ ਜਿਨ੍ਹਾਂ ਨੇ ਹਮੇਸ਼ਾ ਪੰਜਾਬੀ ਦਾ ਪੰਜਾਬ ਦਾ ਔਰ ਪੰਜਾਬੀਅਤ ਦਾ ਮਾਣ ਵਧਾਇਆ ਅੱਜ ਉਸੇ ਕੜੀ ਦੇ ਵਿੱਚ ਇਸੇ ਖਿੱਤੇ ਨੇ ਪੰਜਾਬ ਨੂੰ ਇੱਕ ਐਸਾ ਮਤੱਬਰ ਨਾਮ ਇੱਕ ਐਸੀ ਸ਼ਖਸੀਅਤ ਇੱਕ ਐਸਾ ਮੁੱਖ ਮੰਤਰੀ ਦਿੱਤਾ ਹੈ ਮੈਂ ਹਮੇਸ਼ਾ ਗੱਲ ਜਦੋਂ ਵੀ ਕਰਦਾ ਮੈਂ ਐਕਚੁਅਲੀ ਕਈ ਵਾਰੀ ਮਨ ਦੇ ਵਿੱਚ ਇੱਕ ਜਜ਼ਬਾਤ ਜ਼ਰੂਰ ਮੇਰੇ ਉੱਠਦਾ ਹੈ ਕਿਉਂਕਿ ਜਦੋਂ ਮੈਂ ਪਹਿਲੀ ਵਾਰੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਮਿਲਿਆ ਸਾਂ ਉਦੋਂ ਸ਼ਾਇਦ ਅਜੇ ਪੋਲਿਟਿਕਸ ਵੀ ਨਹੀਂ ਸੀ ਇੱਕ ਬਹੁਤ ਸਧਾਰਨ ਵਿਅਕਤੀ ਦੀ ਤੌਰ ਤੇ ਮਿਲਿਆ ਫਿਰ ਉਸ ਵਿਅਕਤੀ ਦੇ ਵਿਅਕਤੀਤਵ ਦੇ ਵਿੱਚ ਉਹਦੀ ਸ਼ਖਸੀਅਤ ਦੇ ਵਿੱਚ ਇੱਕ ਨਵਾਂ ਇਜਾਫਾ ਹੋਇਆ ਜਦੋਂ ਉਹਨਾਂ ਨੇ ਆਜ਼ਾਦ ਉਮੀਦਵਾਰ ਦੀ ਤੌਰ ਤੇ ਇਲੈਕਸ਼ਨ ਜਿੱਤੀ ਇਹ ਮੇਰੇ ਖਿਆਲ ਨਾਲ ਆਪਣੇ ਆਪ 'ਚ ਬਹੁਤ ਵੱਡੀ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਤੁਹਾਡਾ ਇਲਾਕਾ ਤੁਹਾਨੂੰ ਪਾਰਟੀਆਂ ਦੀਆਂ ਹੱਦਾਂ ਬਲਗਣਾ 'ਚੋਂ ਬਾਹਰ ਨਿਕਲ ਕੇ ਜਿੱਤਾਉਂਦਾ ਹੈ ਇਹਦਾ ਮਤਲਬ ਤੁਹਾਡੇ ਤੇ ਉਹ ਮਾਣ ਕਰਦਾ ਤੁਹਾਡੇ ਤੇ ਉਹ ਕੋਈ ਆਪਣਾ ਹੱਕ ਵੀ ਸਮਝਦਾ ਹੈ ਤੁਹਾਡੇ ਤੋਂ ਉਮੀਦਾਂ ਵੀ ਲਾਉਂਦਾ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਅੱਜ ਜਿਹੜੇ ਸ਼ਖਸ ਨੂੰ ਅਸੀਂ ਆਜ਼ਾਦ ਉਮੀਦਵਾਰ ਦੀ ਤੌਰ ਤੇ ਜਿਤਾ ਰਹੇ ਹਾਂ ਕੱਲ ਨੂੰ ਉਹਨਾਂ ਨੇ ਪੰਜਾਬ ਦੀ ਰਹਨੁਮਾਈ ਕਰਨੀ ਹੈ ਮੇਰੀ ਮਰਜ਼ਾ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਬਹੁਤ ਥੋੜੇ ਸਮੇਂ ਦੇ ਵਿੱਚ ਉਹਨਾਂ ਨੇ ਅੱਜ ਪੰਜਾਬ ਨੂੰ ਇੱਕ عظیم ਖੁਸ਼ੀ ਦੇਣ ਦੀ ਕੋਸ਼ਿਸ਼ ਕੀਤੀ ਹੈ ਬੜੀਆਂ ਮੈਂ ਓਨੈਸਟਲੀ ਅਗਰ ਇਹ ਗੱਲ ਕਹਾਂ ਤਾਂ ਤਲਖ ਹਾਲਾਤਾਂ ਦੇ ਵਿੱਚੋਂ ਵੀ ਨਿਕਲ ਰਹੇ ਨੇ ਰੋਜ਼ ਅਖਬਾਰਾਂ ਪੜ੍ਹਦੇ ਆਂ ਖਬਰਾਂ ਦੇਖਦੇ ਆਂ ਜੂਝਣਾ ਵੀ ਬਹੁਤ ਪੈ ਰਿਹਾ ਪਰ ਉਹਦੇ ਵਿੱਚ ਵੀ ਇਹਨਾਂ ਦੀਆਂ ਕੋਸ਼ਿਸ਼ਾਂ ਇਹੀ ਨੇ ਕਿ ਜੋ ਕਿਸੇ ਵੀ ਇੱਕ ਆਮ ਸਿਟੀਜ਼ਨ ਨੂੰ ਉਮੀਦ ਹੋ ਸਕਦੀ ਹੈ ਆਪਣੇ ਮੁੱਖ ਮੰਤਰੀ ਤੋਂ ਮੈਂ ਉਸ ਉਮੀਦ ਤੇ ਖਰਾ ਉਤਰਾਂ ਇਨਾਂ ਦੇ ਕੋਲ ਜਿਹੜੀ ਐਣਕ ਇਹਨਾਂ ਨੇ ਲਾਈ ਹੈ ਉਹਦੇ ਵਿੱਚ ਰਾਜੇ ਔਰ ਰੰਕ ਦੀ ਇੱਕੋ ਹੀ ਜਗ੍ਹਾ ਹੈ ਇਹਨਾਂ ਕੋਲ ਕੋਈ ਬੰਦਾ ਆਪਣੀ ਫਰਿਆਦ ਲੈ ਕੇ ਜਾਂਦਾ ਆਪਣੀ ਮੁਰਾਦ ਲੈ ਕੇ ਜਾਂਦਾ ਤੇ ਮੁਰਾਦ ਫਰਿਆਦ ਸਾਹ ਪੂਰੀ ਹੋ ਰਹੀ ਹੈ ਇਹ ਮਾਨ ਤੁਹਾਨੂੰ ਮੁੱਖ ਮੰਤਰੀ ਸਾਹਿਬ ਜਾਂਦਾ ਜੀ ਇਹ ਇੱਥੇ ਗੁਰਬਾਣੀ ਦਾ ਇੱਕ ਉਹ ਪਵਿੱਤਰ ਕੋਟ ਮੈਨੂੰ ਯਾਦ ਆ ਰਿਹਾ ਕਿ ਸ਼ਾਇਦ ਤੁਸੀਂ ਵੀ ਕਦੇ ਚੀਜ਼ਾਂ ਕਿਆਸ ਨਹੀਂ ਕੀਤੀਆਂ ਹੋਣੀਆਂ ਮੁੱਖ ਮੰਤਰੀ ਸਾਹਿਬ ਕਿ ਇਦਾਂ ਦਾ ਇੱਕ ਸਮਾਂ ਆਏਗਾ ਕਿ ਸਮਾਂ ਤੁਹਾਡੇ ਤੇ ਇੰਨਾ ਵਿਸ਼ਵਾਸ ਕਰੇਗਾ ਪਰ ਤੁਸੀਂ ਉਸ ਵਿਸ਼ਵਾਸ ਤੇ ਪੂਰੇ ਉਤਰੋਗੇ ਗੁਰਬਾਣੀ ਦਾ ਉਪਦੇਸ਼ ਹੈ ਕਿ ਸਾਹਿਬ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਦੇ ਤੁਹਾਨੂੰ ਪਰਮਾਤਮਾ ਨੇ ਚੁਣਿਆ ਕਿ ਤੁਸੀਂ ਅੱਗੇ ਲੱਕੇ ਅੱਜ ਰਹਨੁਮਾਈ ਕਰੋ ਪੰਜਾਬ ਦੀ ਔਰ ਉਸ ਮੌਕੇ ਤੇ ਕਰੋ ਜਦੋਂ ਸਾਰਾ ਪੰਜਾਬ ਅਸ਼ਸ਼ੋਪੰਜ ਵਿੱਚ ਪਿਆ ਸੀ ਕਿ ਪੋਲੀਟੀਕਲੀ ਕੀ ਹਾਲਾਤ ਬਣੇ ਹੋਏ ਨੇ ਪੰਜਾਬ ਦਾ ਕੀ ਬਣੇਗਾ ਔਰ ਲੋਕਾਂ ਨੂੰ ਲੱਗ ਰਿਹਾ ਸੀ ਕਿ ਇਸ ਇੱਕ ਖਿਲਰੇ ਹੋਏ ਬਿਖਰੇ ਹੋਏ ਮਾਹੌਲ ਦੇ ਵਿੱਚ 22 ਦੀ ਇਲੈਕਸ਼ਨ ਹੋਏਗੀ ਉਸ ਤੋਂ ਪਹਿਲਾਂ ਕੀ ਹਾਲਾਤ ਪੰਜਾਬ ਦੇ ਬਣਨਗੇ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਪਰ ਤੁਸੀਂ ਅੱਜ ਹਰ ਵਰਗ ਦੀ ਸੁਣਵਾਈ ਕਰ ਰਹੇ ਹੋ ਹਰ ਵਰਗ ਦੇ ਹਰ ਪਹਿਲੂ ਨੂੰ ਵਾਚ ਰਹੇ ਹੋ ਇਸ ਤੋਂ ਪਹਿਲਾਂ ਕਿ ਮੈਂ ਫਿਲਮ ਸਿਟੀ ਦੀ ਗੱਲ ਕਰਾਂ ਤੁਹਾਡੇ ਨਾਲ ਜਨਾਬ ਰਾਜਕੁਮਾਰ ਵੀਰਕਾ ਸਾਹਿਬ ਬੈਠੇ ਨੇ ਔਰ ਮੈਨੂੰ ਖੁਸ਼ੀ ਦੀ ਗੱਲ ਹੈ ਕਿ ਨਾਲ ਸਾਡੇ ਕੈਬਨਟ ਵਜ਼ੀਰ ਸਾਹਿਬ ਸਰਦਾਰ ਰਣਦੀਪ ਸਿੰਘ ਜੀ ਨਾਭਾ ਤਸ਼ਰੀਫ ਫਰਮਾਨੇ ਜੀ ਔਰ ਮਜ਼ੇਦ ਦੀ ਗੱਲ ਹੈ ਕਿ ਸਾਰੇ ਕਲਾ ਜਗਤ ਨਾਲ ਵੀ ਸੰਬੰਧ ਰੱਖਦੇ ਨੇ ਚੰਨੀ ਜੀ ਖੁਦ ਕਲਾ ਪ੍ਰੇਮੀ ਬਹੁਤ ਵੱਡੇ ਨੇ ਔਰ ਆਰਟਿਸਟ ਨੇ ਰਾਜਕੁਮਾਰ ਜੀ ਤਾਂ ਸਾਡੀ ਇੰਡਸਟਰੀ ਤੋਂ ਨੇ 베ਰਕਾ ਸਾਹਿਬ ਇਹਨਾਂ ਨੇ ਫਿਲਮਾਂ ਵੀ ਪ੍ਰੋਡਿਊਸ ਕੀਤੀਆਂ ਨੇ ਖੁਦ ਐਕਟਰ ਵੀ ਨੇ ਰਾਈਟਰ ਬਹੁਤ ਅੱਛੇ ਨੇ ਔਰ ਨਾਬਾ ਸਾਹਿਬ ਦੇ ਤਾਂ ਅਸੀਂ ਸ਼ੂਟਿੰਗਾਂ ਹੀ ਬਹੁਤ ਕੀਤੀਆਂ ਉੱਥੇ ਜਾ ਕੇ ਸੋ ਕਿਸੇ ਨਾ ਕਿਸੇ ਤਰੀਕੇ ਤੁਸੀਂ ਸਾਰੇ ਫਿਲਮ ਇੰਡਸਟਰੀ ਨਾਲ ਬავਸਤਾ ਹੋ ਇਸ ਤੋਂ ਪਹਿਲਾਂ ਕਿ ਮੈਂ ਫਿਲਮ ਸਿਟੀ ਦੀ ਗੱਲ ਕਰਾਂ ਸਭ ਤੋਂ ਪਹਿਲਾਂ ਤੁਹਾਨੂੰ ਸਭ ਤੋਂ ਵੱਡੀ ਮੁਬਾਰਕਬਾਦ ਚੰਨੀ ਸਾਹਿਬ ਮੈਂ ਦੇਣਾ ਚਾਹੁੰਦਾ ਜੀ ਕਿ ਤੁਸੀਂ ਜਿਹੜੀ ਠੰਡ ਸਾਰੇ ਪੰਜਾਬ ਦੇ ਕਲੇਜੇ ਨੂੰ ਪਾਈ ਹੈ ਪੰਜਾਬੀ ਜ਼ੁਬਾਨ ਨੂੰ ਲਾਗੂ ਕਰਕੇ ਜੋ ਪੰਜਾਬੀ ਤੇ ਤੁਸੀਂ ਪਹਿਰਾ ਦਿੱਤਾ ਐ ਇੰਨੇ ਸਾਲਾਂ ਤੋਂ ਇੱਕੋ ਚੀਜ਼ ਮੰਗਦੇ ਆ ਰਹੇ ਸੀ ਆਪਣੀ ਮਾਂ ਦਾ ਸਤਕਾਰ ਮੰਗ ਰਹੇ ਸੀ ਮਾਂ ਦਾ ਸਤਕਾਰ ਹੀ ਨਹੀਂ ਸੀ ਮਿਲ ਰਿਹਾ ਕਿਹੜੀ ਵੱਡੀ ਚੀਜ਼ ਕਿਸੇ ਤੋਂ ਮੰਗ ਰਹੇ ਸੀ ਕਿ ਆਪਣੀ ਜ਼ੁਬਾਨ ਆਪਣੀ ਮਾਂ ਬੋਲੀ ਨੂੰ ਸਤਕਾਰ ਦਿਓ ਆਪਣੀ ਭਾਸ਼ਾ ਆਪਣੀ ਜ਼ੁਬਾਨ ਸਕੂਲਾਂ ਤੇ ਬੋਲਣ ਤੇ ਜੁਰਮਾਨਾ ਲੱਗੇ ਕਿ ਤੁਹਾਡੇ ਬੱਚੇ ਨੇ ਸਕੂਲ ਚ ਆਪਣੀ ਜ਼ਬਾਨ ਬੋਲੀ ਇਸ ਕਰਕੇ ਤੁਹਾਨੂੰ ਜੁਰਮਾਨਾ ਦੇਣਾ ਪੈ ਰਿਹਾ ਇਸ ਤੋਂ ਵੱਡੀ ਲਾਹਨਤ ਇਸ ਤੋਂ ਵੱਡੀ ਸ਼ਰਮ ਵਾਲੀ ਗੱਲ ਕਿਸੇ ਸੂਬੇ ਵਾਸਤੇ ਨਹੀਂ ਹੋ ਸਕਦੀ ਕਿਸੇ ਜ਼ਬਾਨ ਵਾਸਤੇ ਕਿਸੇ ਕਲਚਰ ਵਾਸਤੇ ਨਹੀਂ ਹੋ ਸਕਦੀ ਕਿ ਆਪਣੀ ਭਾਸ਼ਾ ਬੋਲਣ ਤੇ ਤੁਹਾਨੂੰ ਜੁਰਮਾਨਾ ਦੇਣਾ ਪੈ ਰਿਹਾ ਸੋ ਉਹ ਇੱਕ ਬੜੀ ਵੱਡੀ ਗਲਾਜ਼ਤ ਤੁਸੀਂ ਦੂਰ ਕੀਤੀ ਯਾਰ ਤੁਸੀਂ ਜਿਹੜੇ ਪਾਲਿਸੀ ਬਣਾਈ ਹੈ ਜੁਰਮਾਨੇ ਤੈਅ ਕੀਤੇ ਨੇ ਜਿਹੜਾ ਜ਼ਬਾਨ ਨੂੰ ਪਹਿਲ ਨਹੀਂ ਦੇਵੇਗਾ ਉਹਨੂੰ ਸਕੂਲਾਂ ਨੂੰ ਕਿਸ ਗ੍ਰੇਡ ਦੇ ਉਹਨਾਂ ਦੇ ਗ੍ਰੇਡਿੰਗ ਤੁਸੀਂ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਜੁਰਮਾਨੇ ਲਾਏ ਜਾਣਗੇ ਮੇਰੇ ਖਿਆਲ ਨਾਲ ਇਹਦੇ ਨਾਲ ਲੋਕ ਬਹੁਤ ਚਕੰਨੇ ਹੋਣਗੇ ਆਪਣੀ ਜ਼ਬਾਨ ਤੇ ਪਹਿਰਾ ਦੇਣਗੇ ਪੰਜਾਬੀ ਨੂੰ ਦਫ਼ਤਰਾਂ ਦੇ ਵਿੱਚ ਲਾਗੂ ਕਰਾਉਣਾ ਔਰ ਇਹ ਚੀਜ਼ ਨਿਸ਼ਚਿਤ ਕਰਨੀ ਕਿ ਬੋਰਡ ਦੇ ਉੱਤੇ ਪਹਿਲੋਂ ਪੰਜਾਬੀ ਲਿਖੀ ਹੋਵੇ ਫਿਰ ਦੂਸਰੀ ਜ਼ਬਾਨ ਲਿਖੀ ਹੋਵੇ ਇਹ ਆਪਣੀ ਮਾਂ ਬੋਲੀ ਦੇ ਸਹੀ ਪੁੱਤਰ ਸਹੀ ਸਪੁੱਤ ਹੋਣ ਦੀ ਨਿਸ਼ਾਨੀ ਹੈ ਤੇ ਲਈ ਮੈਂ ਤੁਹਾਨੂੰ ਬਹੁਤ ਸਾਰੇ ਪੰਜਾਬ ਵੱਲੋਂ ਵਧਾਈ ਦੇਣਾ ਚੰਨੀ ਸਾਹਿਬ ਬਹੁਤ ਥੋੜੇ ਸਮੇਂ ਦੇ ਵਿੱਚ ਬੜਾ ਵੱਡਾ ਤੁਸੀਂ ਇੱਕ ਮਾਰਕਾ ਮਾਰਿਆ ਹੋਰ ਵੀ ਬੜੇ ਨੇ ਮੈਂ ਉਹ ਗੱਲਾਂ ਜੇ ਨਹੀਂ ਕਰਾਂਗਾ ਕਿਉਂਕਿ ਉਹ ਪੋਲਿਟੀਕਲ ਲੱਗਣ ਲੱਗ ਜਾਂਦੀਆਂ ਇਹ ਚੀਜ਼ਾਂ ਸਾਡੇ ਨਾਲ ਰਿਲੇਟਡ ਨੇ ਜ਼ਬਾਨ ਔਰ ਫਿਲਮ ਇੰਡਸਟਰੀ ਇਹ ਸਰਦਾਰ ਚੀਮਾ ਸਾਹਿਬ ਇਹਨਾਂ ਨੇ ਇੱਕ ਸੁਪਨਾ ਲਿਆ ਸੀ ਕਿ ਇੱਥੇ ਫਿਲਮ ਇੰਡਸਟਰੀ ਬਣੇਗੀ ਸਾਡਾ ਇਸ ਜਗ੍ਹਾ ਨਾਲ ਕਿੰਨਾ ਲਗਾਵ ਹੋਏਗਾ ਕਲਾਕਾਰਾਂ ਦਾ ਚੰਨੀ ਸਾਹਿਬ ਮੈਨੂੰ ਲੱਗਦਾ ਜਿੱਥੇ ਹੈਲੀਪੈਡ ਬਣਿਆ ਤੁਸੀਂ ਉਤਰੇ ਹੋ ਇੱਥੇ ਇੱਕ ਬਹੁਤ ਤੁਸੀਂ ਦੇਖੋਗੇ 2 3 4 ਕਨਾਲ ਦੇ ਵਿੱਚ ਇੱਕ ਤੁਹਾਨੂੰ ਵੱਡੇ ਵੱਡੇ ਹੁਣ ਰੁੱਖ ਬਣਦੇ ਨਜ਼ਰ ਆਉਣਗੇ ਇਹ ਅਸੀਂ ਸਾਰੇ ਕਲਾਕਾਰਾਂ ਨੇ ਲਾਏ ਨੇ ਆਪਣੇ ਆਪਣੇ ਨਾਂ ਦੇ ਇੱਥੇ ਕੋਈ 100 ਕਲਾਕਾਰ ਆਪਣੇ ਨਾਂ ਦਾ ਰੁੱਖ ਲਾ ਚੁੱਕਾ 100 ਸਾਲ ਬਾਅਦ ਵੀ ਜਦੋਂ ਕੋਈ ਆ ਕੇ ਦੇਖੇਗਾ ਉਹਦੇ ਤੇ ਲਿਖਿਆ ਪੜੇਗਾ ਕਿ ਇਹ ਜਿਹੜੀ ਧਰੇਕ ਸੀ ਇਹ ਨਿਰਮਲ ॠषि ਹੁਣਾਂ ਦੇ ਹੱਥਾਂ ਦੀ ਲੱਗੀ ਹੋਈ ਹੈ ਕੋਈ ਆ ਕੇ ਪੜ੍ਹੇਗਾ ਜਿਹੜਾ ਬੋਰਡ ਸੀ ਇਹ ਗੁੱਗੂ ਗਿੱਲ ਦੇ ਹੱਥਾਂ ਦਾ ਲੱਗਿਆ ਹੋਇਆ ਹੈ ਇਹ ਜਿਹੜੀ ਨਿੰਮ ਹੈ ਏ ਮੈਡਮ ਸੁਨੀਤਾ ਧੀਰ ਨੇ ਲਾਈ ਆ ਉਪਾਸਨਾ ਜੀ ਨੇ ਰੁੱਖ ਲਾਇਆ ਜਪਜੀ ਉਹਨਾਂ ਨੇ ਕੋਈ ਰੁੱਖ ਲਾਇਆ ਇੱਕ ਮੈਂ ਵੀ ਲਾਇਆ ਜੇ ਗੂਲਰ ਦਾ ਮੈਨੂੰ ਬਾਅਦ ਪਤਾ ਲੱਗਾ ਗੂਲਰ ਕੀ ਹੁੰਦਾ ਮੈਂ ਬਾਅਦ ਪਹਿਲੋਂ ਡਰ ਗਿਆ ਮੈਂ ਕੋ ਗਲਤ ਬੂਟੇ ਇਹਨਾਂ ਲਵਾ ਦੇ ਮੇਰੇ ਕੋਲ ਸੋ ਇਹਦੇ ਨਾਲੇ ਗੱਲ ਵੀ ਹੋਈ ਕਿ ਅਸੀਂ ਬੂਟੇ ਵੀ ਸਾਰੇ ਉਹ ਲਿਆ ਕੇ ਲਾਏ ਜਿਨ੍ਹਾਂ ਦਾ ਅੱਜ ਵजूद ਖਤਮ ਹੋ ਗਿਆ ਸੁਹੰਜਣਾ ਨਹੀਂ ਲੋਕਾਂ ਨੂੰ ਪਤਾ ਅਸੀਂ ਉਹ ਮਾਲਵੇ ਦੇ ਕਿਕਰ ਜਿਹੜੇ ਇੱਥੇ ਉਲੱਭਦੇ ਹੀ ਨਹੀਂ ਤੁਹਾਨੂੰ ਜੰਡ ਕਰੀਰ ਉਹ ਸਾਰੇ ਲਿਆ ਲਿਆ ਕੇ ਇੱਥੇ ਲਾਏ ਜੀ ਸੋ ਆਪਣੇ ਇਹ ਵੀ ਕਲਚਰ ਤੇ ਪੈਰਾ ਦੇਣ ਵਾਲੀ ਗੱਲ ਹੈ ਔਰ ਜਿੰਨੇ ਵੀ ਮੈਡੀਕੇਟਡ ਪ੍ਰੂਵਨ ਜਿਹੜੇ ਰੁੱਖ ਨੇ ਬੂਟੇ ਨੇ ਜਿਹੜੇ ਤੁਹਾਨੂੰ ਵੈਸੇ ਵੀ ਜ਼ਿੰਦਗੀ ਦੇ ਵਿੱਚ ਔਸ਼ਧੀਆਂ ਚ ਵੀ ਕੰਮ ਆਉਂਦੇ ਨੇ ਉਹ ਵੀ ਇੱਥੇ ਲੱਗੇ ਨੇ ਸੋ ਇੱਕ ਐਗਜ਼ਾਮਪਲ ਇਸ ਕਰਕੇ ਦੇ ਰਿਹਾ ਕਿ ਇੱਕ ਤੁਹਾਡੇ ਕੋਲ ਆਪਣੀ ਧਰਤੀ ਹੋਵੇ ਆਪਣੀ ਜ਼ਮੀਨ ਹੋਵੇ ਤਾਂ ਤੁਸੀਂ ਉੱਥੇ ਹਰ ਸੁਪਨਾ ਆਪਣਾ ਪੂਰਾ ਕਰ ਸਕਦੇ ਹੋ ਸੋ ਚੀਮਾ ਸਾਹਿਬ ਨੇ ਇੱਕ ਬਹੁਤ ਵੱਡਾ ਪੀਸ ਆਫ ਲੈਂਡ ਫਿਲਮ ਇੰਡਸਟਰੀ ਨੂੰ ਸਮਰਪਿਤ ਕੀਤਾ ਅਨਡਾਊਟਡਲੀ ਕਿ ਇਹਦੇ ਵਿੱਚ ਬਿਜ਼ਨਸ ਵੀ ਹੈ ਮੈਂ ਨਹੀਂ ਕਹਿੰਦਾ ਕਿ ਕੋਈ ਦਾਨ ਕੀਤਾ ਹੈ ਮੈਂ ਵੀ ਨਹੀਂ ਕਹਿੰਦਾ ਕਿ ਇਹਨਾਂ ਨੇ ਕੋਈ ਕਿਉਂਕਿ ਜਦ ਤੱਕ ਬਿਜ਼ਨਸ ਨਹੀਂ ਹੈ ਜਦ ਤੱਕ ਤੁਹਾਨੂੰ ਉਹਦੇ ਚੋਂ ਕੋਈ ਉਪਜ ਨਹੀਂ ਆ ਰਹੀ ਤੁਹਾਨੂੰ ਉਹਦੇ ਚੋਂ ਕੁਝ ਰਿਟਰਨ ਨਹੀਂ ਆ ਰਹੀ ਤੇ ਮਤ ਸੋਚੋ ਤੁਹਾਡੀ ਇੰਡਸਟਰੀ ਵੀ ਗਰੋ ਕਰੇਗੀ ਇੰਡਸਟਰੀ ਨਹੀਂ ਗਰੋ ਕਰ ਸਕਦੀ ਕਿ इमोशनल ਸਾਂਝ ਹੋ ਸਕਦੀ ਹੈ ਪਰ ਤੁਸੀਂ ਗਰੋ ਨਹੀਂ ਕਰ ਸਕਦੇ ਅੱਜ ਸਰਕਾਰ ਵੱਲੋਂ ਸੀਐਮ ਸਾਹਿਬ ਨੇ ਇੱਥੇ ਆ ਕੇ ਇਹਨਾਂ ਦੀ ਇਸ ਕੋਸ਼ਿਸ਼ ਨੂੰ ਕਿ ਪੰਜਾਬ ਫਿਲਮ ਸਿਟੀ ਜਿਹੜੀ ਇਹਨਾਂ ਨੇ ਬਣਾਈ ਆ ਉਹਦੇ ਤੇ ਮੋਹਰ ਲਾਉਣੀ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਇਹਨਾਂ ਨੇ ਹੱਲਾਸ਼ੇਰੀ ਦਿੱਤੀ ਹੈ ਪੰਜਾਬੀ ਫਿਲਮ ਇੰਡਸਟਰੀ ਨੂੰ ਥੋੜੇ ਦਿਨ ਪਹਿਲਾਂ ਹੀ ਅਸੀਂ ਜਾ ਕੇ ਬੇਨਤੀ ਕੀਤੀ ਸੀ ਕਿ ਦੁਨੀਆ ਦੇ ਬਾਕੀ ਸਾਰੇ ਕੰਮ ਹਿੰਦੁਸਤਾਨ ਚ ਪੰਜਾਬ ਚ ਫੁੱਲ ਓਕਿਊਪੈਂਸੀ ਨਾਲ ਚੱਲ ਰਹੇ ਨੇ 100% ਓਕਿਊਪੈਂਸੀ ਨਾਲ ਬੱਸਾਂ ਭਰ-ਭਰ ਕੇ ਜਾ ਰਹੀਆਂ ਨੇ ਬਾਕੀ ਦੁਨੀਆ ਦੇ ਸਾਰੇ ਕੰਮ ਵਿਆਹ ਸ਼ਾਦੀਆਂ ਵੀ ਹੋ ਰਹੇ ਨੇ ਤੇ ਸਾਡੀ ਇੰਡਸਟਰੀ ਹੈ ਜਿਹੜੀ ਉਹ ਸਿਰਫ 50% অকਿਊਪੈਂਸੀ ਨਾਲ ਸਿੰਧ ਵਿੱਚ ਖੁੱਲੇ ਆ ਸਾਡੇ ਬੈਠੇ ਆ ਤਾਂ ਹੀ ਆਰਡਰ ਕਰਕੇ ਇਹਨਾਂ ਨੇ 100% অকਿਊਪੈਂਸੀ ਨਾਲ ਸਿੰਧ ਵਿੱਚ ਖੋਲ ਦਿੱਤੇ ਸੀ ਸੀसीएम ਸਾਹਿਬ ਨੇ ਅਸੀਂ ਬੇਨਤੀ ਕੀਤੀ ਸੀ ਕਿ ਸਾਨੂੰ ਸ਼ੂਟਿੰਗਸ ਲਈ ਖੱਜਲ ਹੋਣਾ ਪੈਂਦਾ ਹੈ ਕਈ ਥਾਵਾਂ ਤੋਂ ਪਰਮਿਸ਼ਨਸ ਲੈਣੀਆਂ ਪੈਂਦੀਆਂ ਉੱਥੇ ਹੀ ਆਰਡਰ ਕਰ ਦਿੱਤੇ ਸੀ ਕਿ ਐਸਡੀਐਮ ਸਾਹਿਬ ਨੂੰ ਕੰਪੀਟੈਂਟ ਅਥਾਰਟੀ ਨਿਯੁਕਤ ਕਰੋ ਐਸਡੀਐਮ ਨੇ ਪਰਮਿਸ਼ਨ ਦੇ ਦਿੱਤੀ ਤਾਂ ਸਾਰੀਆਂ ਪਰਮਿਸ਼ਨਾਂ ਵਿੱਚੇ ਹੀ ਆ ਗਈਆਂ ਸੋ ਗੱਲ ਉਹ ਹੁੰਦੀ ਹੈ ਜਿਹੜੀ ਮੌਕੇ ਤੇ ਕਿਸੇ ਦੇ ਕੰਮ ਦਾ ਨਿਪਟਾਰਾ ਕਰ ਦੋ ਜੇ ਕਿਸੇ ਨੂੰ ਤੁਸੀਂ 40 ਕਿ ਦਿਨ ਖੱਜਲ ਕਰਕੇ ਕੰਮ ਕਰ ਵੀ ਦਿੱਤਾ ਤੇ ਉਸ ਤੋਂ ਬਾਅਦ ਉਹਨੂੰ ਸਵਾਦ ਨਹੀਂ ਆਉਂਦਾ ਕੰਮ ਕਰਾਉਣ ਦਾ ਸੋ ਅੱਜ ਸੀਐਮ ਸਾਹਿਬ ਵਕਤ ਬਹੁਤ ਕੀਮਤੀ ਹੈ ਤੁਹਾਨੂੰ ਸੁਣਨਾ ਲੋਕਾਂ ਨੇ ਮੈਂ ਸਿਰਫ ਸਵਾਗਤ ਕਰਨ ਵਾਸਤੇ ਮੰਚ ਤੇ ਅੱਜ ਆਇਆ ਸੀ ਇਕੱਲੇ ਪੰਜਾਬ ਫਿਲਮ ਸਿਟੀ ਵੱਲੋਂ ਨਹੀਂ ਮੈਂ ਪੂਰੇ ਪੰਜਾਬ ਵੱਲੋਂ ਤੁਹਾਡਾ ਸਵਾਗਤ ਕਰਦਾ ਤੁਹਾਡੇ ਇਹਨਾਂ ਮਹਾਨ ਉਪਰਾਲਿਆਂ ਦਾ ਸਵਾਗਤ ਕਰਦਾ ਔਰ ਮੈਂ ਦੁਆ ਕਰਦਾ ਪ੍ਰਮਾਤਮਾ ਅੱਗੇ ਕਿ ਪ੍ਰਮਾਤਮਾ ਤੁਹਾਨੂੰ ਇੰਨਾ ਸਮਾਂ ਦਵੇ ਕੰਮ ਕਰਨ ਦਾ ਇੰਨਾ ਵਕਤ ਦਵੇ ਕੰਮ ਕਰਨ ਦਾ ਕਿ ਤੁਸੀਂ ਆਪ ਹੀ ਕਹੋ ਯਾਰ ਵੀ ਹੁਣ ਮੈਂ ਜਿੰਨੇ ਕੰਮ ਕਰਨੇ ਸੀ ਪੰਜਾਬ ਲਈ ਕਰ ਲਏ ਹੁਣ ਥੋੜੀ ਦੇਰ ਲਈ ਆਰਾਮ ਕਰ ਲਈਏ ਤੁਹਾਨੂੰ ਪ੍ਰਮਾਤਮਾ ਇੰਨਾ ਵਕਤ ਦਵੇ ਜੋ ਜੋ ਤੁਸੀਂ ਪੰਜਾਬ ਲਈ ਕਰਨਾ ਚਾਹੁੰਦੇ ਹੋ ਆਪਣੇ ਉਸ ਵਕਤ ਦੇ ਵਿੱਚ ਤੁਸੀਂ ਜ਼ਰੂਰ ਕਰੋ ਸੋ ਤੁਹਾਨੂੰ ਅਸੀਂ ਬਹੁਤ ਲੰਬੇ ਅਰਸੇ ਤੱਕ ਦੇਖਣਾ ਚਾਹੁੰਦੇ ਹਾਂ ਸੇਵਾ ਕਰਦੇ ਹੋਏ ਪੰਜਾਬ ਦੀ ਬਹੁਤ ਸ਼ੁਕਰੀਆ ਔਰ ਇੱਥੇ ਆਉਣ ਤੇ ਪੰਜਾਬ ਫਿਲਮ ਸਿਟੀ ਵੱਲੋਂ ਸਾਡੇ ਸਾਰੇ ਕਲਾਕਾਰ ਫਰਟਿਨਿਟੀ ਵੱਲੋਂ ਔਰ ਸਾਰੀ ਜਿੰਨੀ ਵੀ ਸਾਡੀ ਇੱਥੇ ਆਪਣੀ ਇੱਕ ਫੈਮਿਲੀ ਇਕੱਠੀ ਹੋਈ ਹੈ ਸਾਰੇ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਤੁਹਾਡੇ ਕੈਬਨਿਟ ਵਜ਼ੀਰਾਂ ਨੂੰ ਅਸੀਂ ਜੀ ਆਇਆਂ ਨੂੰ ਆਖਦੇ ਹਾਂ ਹੋਰ ਸੀਨੀਅਰ ਲੋਕ ਜੋ ਇਥੇ ਤਸ਼ਰੀਫ ਲੈ ਆਏ ਨੇ ਉਹਨਾਂ ਸਾਰਿਆਂ ਨੂੰ ਜੀ ਆਇਆਂ ਨੂੰ ਕਿ ਅੱਜ ਬੜੇ ਮੁਕੱਦਸ ਮੌਕੇ ਤੇ ਤੁਸੀਂ ਸਾਰੇ ਇਕੱਠੇ ਹੋਏ ਹੋ ਤੇ ਮੈਂ ਕਈ ਮੇਰੇ ਮੂੰਹ ਵੱਲ ਦੇਖਦੇ ਸ਼ਰੀਫ ਜੀ ਗੱਲਾਂ ਕਰਕੇ ਦੁਰ ਚੱਲੇ ਆ ਇਹਨਾਂ ਕੋ ਹਾਸਿਆ ਲਈ ਗੱਲ ਨਹੀਂ ਕੀਤੀ ਕਿਉਂਕਿ ਜਦੋਂ ਜਜ਼ਬਾਤੀ ਹੋ ਜਾਣਾ ਫਿਰ ਜਜ਼ਬਾਤੀ ਗੱਲਾਂ ਹੁੰਦੀਆਂ ਪਰ ਇੱਕ ਗੱਲ ਮੈਂ ਜ਼ਰੂਰ ਕਵਾਂਗਾ ਜਿਵੇਂ ਕਮਰ ਕੱਸਾ ਕੱਸ ਕੇ ਤੁਸੀਂ ਕੰਮ ਤੇ ਲੱਗੇ ਹੋ ਮੈਨੂੰ ਸਰਦੂਲ ਬਾਜੀ ਦਾ ਗਾਣਾ ਯਾਦ ਆ ਗਿਆ ਚੁੰਨੀ ਜਦ ਲੱਕ ਨੂੰ ਬੰਨੀ ਨਹੀਂ ਫਿਰ ਹੋਗੀ ਚੰਨੀ ਚੰਨੀ ਨਹੀਂ ਇੰਨਾ ਕੀ ਕਵਾਂਗਾ ਬਸ ਹੁਣ ਚੰਨੀ ਸਾਹਿਬ ਜ਼ਿੰਦਾਬਾਦ ਚੜ੍ਹਦੀ ਕਲਾ ਚ ਰਹੋ ਖੁਸ਼ ਰਵਾਬਾਦ ਰਹੋ ਜੀ ਜੀ ਆਇਆਂ ਜੀ